हाँ जी, अस्सलाम वालेकुम दोस्तों। वीर की हाल चाल है जी? ठीक ठाक कैसी है सेहत कले सारे दोस्तों वीर भाई? अजय मैं क्या दोस्तों लाए सी अपने साढ़े बड़े अच्छे दोस्त ने मियाँ अली मियाँ कैसर साहब, उन्होंने छत तुम शो करवाने कबूतर का असू की तैयारी माशाला उन्होंने सुरिंदियों का शौक तुम करवाते हैं अभी सारे कोई देखते हैं कोई दोस्त वीर भरा लाइव हो जाए चलो सारे शौक देख लैन कोई लाइव शौक थले मियाँ साहब कबूतर लै के आए हैं जी तुम शो करवाए हैं अपने दोस्त ने जी मुकार जट लैलपुरी के नाम तो ना अपना आईडी है जी इस बंद शो कर रहे ने कबूतर का सिरा टावर वाला कबूतर है जी इन्हों का कुंडा जी बहुत बेमिसाल है माशाला जी बड़ा अच्छा परिंदा है जी। मियाँ साहब केड़ा परिंदा सानू उहदे बारे कुछ दसो भी टावर वाला कित्थों? अच्छा अच्छा चलो माशाला इन्हां दा सैटअप है जी छोटा जिहा जाल भी रखे हुआ दोस्त परली साइड से भी शूट कर रहे जुड़े जुड़े लगे हैं उधर जनाब जी माशाला कैसर भाई का लापरे कबूतर है जी लापरे के नाम तो मशहूर है जी 3 साल पुराना कबूतर है भरा जी ऐसी अख जी ਇਹ ਪਾਇਨਾ ਦਾ ਕੁੰਡਾ ਜੀ ਥੱਲੇ ਆ ਗਏ ਉਹ ਲਾਜਵਾਬ ਜ਼ਬਰਦਸਤ ਸੁਪਰ ਯਾਸਰ ਬਾਈ ਉਹੀ ਆ ਪਰਿੰਦਾ ਜਿਹੜਾ ਤੁਸੀਂ ਕਹਿ ਰਹੇ ਸੀਗੇ ਕਿ ਸ਼ਾਮ ਐਂਡ ਤੇ ਬੰਦਾ ਪੂਰਾ ਖੋਲੋ ਜੀ ਕੁੰਡਾ ਪੂਰਾ ਖੋਲੋ ਬਾਰ ਹਰ ਬਾਈਆਂ ਮੇ ਕੈਂਡ ਤੇ ਬੈਠਾ ਕੋਈ ਕਰੇ ਮੇਰੇ ਕੋ ਬਾਈਆਂ ਜਾਣ ਤੇ ਮੰਦਾ ਰਿਹਾ ਪਰਿੰਦਾ ਜੱਟ ਸਾਹਿਬ ਅੱਜ ਰਾਣਾ ਅੰਪਿਆ ਸਾਹਿਬ ਨੂੰ ਕੱਟ ਗਏ ਆ ਤੁਸੀਂ ਮਾਸ਼ਾਅੱਲਾ ਅਸੀਂ ਕਿਸੇ ਨੂੰ ਵੀ ਨਹੀਂ ਕੱਟ ਸਕਦੇ ਜਨਾਬ ਮਾਸ਼ਾਅੱਲਾ ਜੀ ਹੁਣ 10 ਬੰਦੇ ਆ ਸਾਡੇ ਨਾਲ ਲਾਈਵ ਹੋ ਗਏ ਨੇ शिगिरदे खास ने जी मियां कैसर साहब दूसरे भाई मियां अली साहब उस्ताद रजाक उर्फ जाका फैसलाबाद दी आन शान उन्होंने शगिर्द ने जी कहते बड़ा लाजवाब परिंदा जी इन्होंने थले बह के फिरता लगे भरा जी ए जनाब कुंडा जी का ठीक है ਮਾਰੇ ਨਾ ਪਾਇਆ ਸਵੇ ਘੜੀ ਵਾਲਾ
ਸਬਦ ਕੜੀ ਵਾਲਾ ਬਹੁਤ ਅੱਛਾ ਜੀ, ਬਹੁਤ ਨਜ਼ਾ ਪਰਿੰਦੇ ਆ ਜੀ। ਹਾਂਜੀ ਮਲਕ ਵਿਕਾਸ ਭਾਈ, ਕੀ ਹਾਲ ਚਾਲ ਹੈ? ਠੀਕ ਠਾਕ ਹੋ ਜੀ? ਹਾਂਜੀ ਜ਼ੁਬੈਰ ਭਾਈ, ਬਹੁਤ ਸ਼ੁਕਰੀਆ, ਮਿਹਰਬਾਨੀ, ਦੋਸਤ ਵਾਲੇ ਆਏ ਸੀਗੇ ਜੀ, ਅਗਰ ਚਲੋ ਸ਼ੋਕ ਕਰਵਾ ਦਈਏ। ਹੋਰ ਸੁਣਾਓ, ਠੀਕ ਠਾਕ ਹੋ ਜ਼ੁਬੈਰ ਭਾਈ? ਹੋਰ ਮਲਕ ਵਿਕਾਸ ਭਾਈ, ਤੁਸੀਂ ਸੁਣਾਓ, ਸਭ ਖੈਰ ਖਰੀਏ? ਲਿਆਓ ਕਬੂਤਰ, ਦਿਖਾਓ, ਸ਼ੋਕ ਕਰਵਾਓ ਦੋਸਤਾਂ ਨੂੰ ਜੀ। ਮਲਕ ਅਖਤਰ ਸਾਹਿਬ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਜ਼ੀਰਾ ਕਬੂਤਰ, ਇਹ ਕਿਹੜਾ ਕਬੂਤਰ ਆ ਜੀ? ਨੀਲਦੁੰਬੀ ਮਾਦੀ ਹੈ ਮੇਰੀ। ਅੱਛਾ ਜੀ, ਜ਼ੀਰਾ ਕਬੂਤਰ ਨਾਮ ਹੈ। ਇਹ ਨੀਲਦੁੰਬੀ ਮਾਦੀ ਆ ਜੀ ਤੇ ਜ਼ੀਰਾ ਕਬੂਤਰ ਆ। ਬੱਚੇ ਬਾਹਰ ਨਹੀਂ ਡਿੱਗਣਗੇ, ਮਰ ਜਾਣਗੇ ਘਰ ਹੀ ਆਉਣਗੇ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਜ਼ਬਰਦਸਤ, 14 ਅਗਸਤ ਆ ਜੀ, ਨਿਆਣਿਆਂ ਨੇ ਬਾਜਿਆਂ ਦੇ ਦੇਹ ਤੇਰੇ ਦੀ ਕੰਮ ਚੱਕਿਆ ਹੋਇਆ। ਬਹੁਤ ਆਲਾ ਜੀ, ਇਹਨਾਂ ਦੇ ਪਰਿੰਦੇ ਨੇ ਜੀ। ਜੀ ਵਿਕਾਸ ਭਾਈ, ਇਹ ਹੈਗੀ ਦੁਕਾਨ ਆਪਣਾ ਛੱਤ ਇਹਨਾਂ ਦੀ ਹੈਗੀ ਆ ਜੀ, ਅਫਗਾਨਾਬਾਦ ਰਜ਼ਾਬਾਦ ਦੇ ਨਾਲ ਹੀ ਹੈ ਅਫਗਾਨਾਬਾਦ, ਇਹਨਾਂ ਦੀ ਛੱਤ ਆ ਉੱਥੇ ਮਾਸ਼ਾਅੱਲਾ। ਗੁਲਜ਼ਾਰ ਕਲੋਨੀ ਭਾਈ ਨੇ, ਦੋਸਤ ਨੇ ਆਪਣੇ, ਬੜੇ ਅੱਛੇ ਆਪਣੇ ਸ਼ਹਿਜ਼ਾਦੇ ਆ। ਸ਼ੋਅ ਕਰਵਾਉਣਾ, ਮੈਂ ਕਿਹਾ ਚਲੋ ਜੀ ਤੁਹਾਡੀ ਛੱਤ ਸ਼ੋਅ ਕਰਵਾ ਦਿਆਂਗੇ ਦੋਸਤਾਂ ਨੂੰ। ਖੜੋ ਜੀ, ਕਰਵਾਓ ਸ਼ੋਅ। ਮੀਆਂ ਜੀ, ਅੱਜ ਤੁਸੀਂ ਕਹਿ ਰਹੇ ਸੀਗੇ ਕਬੂਤਰ ਅੱਜ ਉੱਡ ਗਿਆ ਕਿ ਤੁਹਾਡਾ, ਮਾਸ਼ਾਅੱਲਾ ਕਿਹੜਾ ਕਬੂਤਰ ਕਿਹੜਾ? ਅੱਛਾ, ਪਹਿਲੇ ਦਿਨ ਹੀ ਕੱਢਿਆ ਸੀਗਾ? ਪਹਿਲੇ ਦਿਨ ਹੀ ਕੱਢਿਆ, ਮਾਲਕ 10-12 ਘੰਟਾ ਲਾ ਗਿਆ ਪੱਖਾ ਮੇਰੇ। ਕਰਵਾਓ ਸ਼ੋਅ, ਕਰਵਾਓ ਜੀ। ਆ ਪੱਠਾ ਜੀ, ਮਾਸ਼ਾਅੱਲਾ ਮੀਆਂ ਵਾਲੀ ਸਾਹਿਬ ਦੇ ਘਰ ਦਾ ਪੱਠਾ ਜੀ। ਇੱਕ ਕਿਹੜਾ ਪੱਠਾ ਜੀ ਮੀਆਂ ਜੀ? ਮਾਸ਼ਾਅੱਲਾ ਮੇਰਾ ਸਿਆਲਕੋਟ ਵਾਲਾ ਬਾਈ। ਕਿਹੜਾ ਜੀ? ਆ ਜਿਹੜਾ ਹੀ ਕਿਹੜਾ ਸ਼ੋਅ ਕਰਵਾਉਣ ਗਿਆ ਸਿਆਲਕੋਟੀ ਮੇਰਾ ਸਿਆਲਕੋਟੀ। ਮਾਸ਼ਾਅੱਲਾ ਜੀ ਜ਼ਬਰਦਸਤ, ਬਹੁਤ ਆਲਾ, ਲੱਖ ਦਾ ਸ਼ੁਕਰ। ਮਾਸ਼ਾਅੱਲਾ ਮੇਰੇ ਕੋਲ ਅੱਛੇ ਆਰਡਰ ਆਏ ਆ ਕੁੱਕਰ ਦੀਆਂ। ਅੱਛਾ, ਕਿੰਨੀ ਦੇਰ ਆਪਣਾ ਮਾਸ਼ਾਅੱਲਾ ਮੇਰੇ ਕੋਲ ਲਾਪ ਰਿਹਾ ਜੀ, ਕੁੱਕ ਤੋਂ ਘੁੰਮ ਕੇ ਸਮਾਨ ਵਾ ਗਿਆ, ਕੈਸੇ ਪੈਰੀ ਜਾਂਦੇ ਉੱਥੇ ਪੈਰੀ ਕੁੱਕ ਨਿਕਲ ਕੇ ਉੱਤੋਂ ਆਉਂਦੇ ਹੀ। ਮਾਸ਼ਾਅੱਲਾ ਜ਼ਬਰਦਸਤ, ਮਾਸ਼ਾਅੱਲਾ ਅਰਕੇ ਅੱਲਾ ਖੈਰ ਜ਼ਿੰਦਗੀ ਰੱਖੇ, ਮੇਰੇ ਕੋਲ ਬੱਚਿਆਂ ਦਾ ਲਈ ਮੇਰੇ ਬਾਈ ਪਿਛਲੇ ਘਰਾਂ ਹੀ ਬਹਿ ਗਏ। ਅੱਲਾ ਖੈਰ, ਅੱਲਾ ਬਖਸ਼ਾ। ਹਾਂ ਮੇਰਾ ਕੁੱਕ ਅੱਧੀ ਦੇਰ ਮਾਰਾ ਦੋ ਢਾਈ ਦੀਆਂ ਫਿਰਕੀਆਂ ਸਕੂਟਰ ਦੀਆਂ ਅੱਖ ਦਾ ਸ਼ੋਕ ਕਰੋ।
हाँ जी मलक वकास साहब, क्रीज तुहानू पता आसू है वा, फिर क्रीज च कबूतर हुंदे आ जनाब, क्रीज फिर नालो नाल ही आ। ਤੁਹਾਨੂੰ ਇਹਨਾਂ ਦੇ ਦੂਸਰੇ ਕਬੂਤਰਾਂ ਦਾ ਸ਼ੋਅ ਕਰਵਾਉਂਦੇ ਆ ਗਏ ਜੀ, ਆ ਗਏ ਆ ਗਏ ਆ ਗਏ ਆ ਮਾਦੀਆਂ ਜੀ, ਮੀਆਂ ਵਾਲੀ ਸਾਹਿਬ ਉਹਨਾਂ ਦੀਆਂ ਅੱਸੂ ਵਾਸਤੇ ਤਿਆਰੀ ਮਾਸ਼ਾਅੱਲਾ ਇਹਨਾਂ ਦੀ। ਮੀਆਂ ਸਾਹਿਬ ਹਾਂ ਜੀ, ਮੀਆਂ ਕੈਸਰ ਸਾਹਿਬ ਦੇ ਭਾਈ ਨੇ ਜੀ, ਇਹ ਵੀ ਛੋਟੇ ਵੱਡੇ ਸੋਰੀ, ਅਤੇ ਇਹ ਵੀ ਇਹਨਾਂ ਦੇ ਨਾਲ ਹੀ ਸ਼ੋਕ ਕਰਦੇ ਆ, ਨਾਲ ਹੀ ਸ਼ੋਕ ਆ ਇਕੱਠਾ ਹੀ ਇਹਨਾਂ ਦਾ। ਅਤੇ ਸ਼ੋਕ ਕਰੋ ਜੀ, ਮੀਆਂ ਸਾਹਿਬ ਕਿਹੜੀ ਮਰਦੀ ਹੈ, ਕਿਹੜੀ ਮਰਦੀ ਹੈ, ਕਰਦੀ ਹੈ ਮੀਆਂ ਸਾਹਿਬ ਤੁਹਾਡੀ, ਮਾਸ਼ਾਅੱਲਾ। ਮਾਸ਼ਾਅੱਲਾ ਜੀ, ਮਾਸ਼ਾਅੱਲਾ, ਮਾਸ਼ਾਅੱਲਾ, ਜ਼ਬਰਦਸਤ ਹੋ ਗਿਆ ਜੀ ਜੀ।